ਪੰਜਾਬ ਭਰ ਵਿੱਚ ਮੌਸਮ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਤੇ ਦੁਪਹਿਰ ਦੇ ਕਰੀਬ 2:30 ਵਜੇ ਹੀ ਘੁੱਪ ਹਨੇਰਾ ਛਾ ਗਿਆ, ਜਿਸ ਕਾਰਨ ਆਮ ਜਨ ਜੀਵਨ ਤਾਂ ਪ੍ਰਭਾਵਿਤ ਹੋਇਆ ਹੀ ਉੱਥੇ ਹੀ ਮੰਡੀ ਨਾਭਾ ਵਿਖੇ ਖੁੱਲ੍ਹੇ ਅਸਮਾਨ ਥੱਲੇ ਪਈਆਂ ਕਣਕ ਦੀਆਂ ਬੋਰੀਆਂ ਭਿੱਜ ਗਈਆਂ, ਜਿਸ ਨਾਲ ਕਣਕ ਦਾ ਕਾਫੀ ਨੁਕਸਾਨ ਹੋਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਅਤੇ ਨਾਲ ਹੀ ਟਰਾਂਸਪੋਰਟ ਰਾਹੀਂ ਕਣਕ ਦੀ ਲਿਫਟਿੰਗ ਵਿੱਚ ਵੀ 2-3 ਦਿਨਾਂ ਦੀ ਦੇਰੀ ਹੋਰ ਹੋ ਸਕਦੀ ਹੈ। ਗੱਡੀ ਜਦੋਂ ਬੈਕ ਲਾਈ ਇੱਕੋਦਮ ਬੈਕ ਲਾਈ ਜਦੋਂ ਇੱਕਦਮ ਲਾਈ ਬੈਡ ਹਜੇ ਲੱਗੀ ਸੀ ਲੇਬਰ ਵਾਲੇ ਚੜ੍ਹੇ ਵਿੱਚ, ਇੱਕੋਦਮ ਹਨੇਰਾ ਆ ਗਿਆ ਜੀ, ਇੱਕੋਦਮ ਹਨੇਰੀ ਤੂਫਾਨ ਬਹੁਤ, ਨਾਲ ਦੀ ਨਾਲ ਸਾਨੂੰ ਗੱਡੀ ਅੰਦਰ ਵੜੀ ਛੱਡ ਦੇ ਥੱਲੇ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਤਾਂ ਸਰ ਇੱਥੇ ਆਹ ਦੇਖ ਲਓ, ਬਾਰਦਾਨਾ ਹੀ ਭੇਜੇ, ਕੋਈ ਢੇਰੀ ਨਹੀਂ ਸੀ ਮਤਲਬ ਕਣਕ ਦੀ ਜੀ। ਹਾਂ ਜੀ, ਹੋਰ ਕੁਛ ਨਹੀਂ ਸੀ, ਬਾਰਦਾਨਾ ਕਾਫੀ ਪਿਆ, ਬਾਰਦਾਨਾ ਪਿਆ ਜੀ ਕਾਫੀ, ਪੂਰੇ ਤੁਹਾਨੂੰ ਬਿਠਾ ਵੀ ਖਾ ਦਿੱਤੀ ਮੂੰਗੀ ਦੇ ਵਿੱਚ। ਬਾਰਦਾਨ ਭਰਿਆ ਵੀ ਮੌਸਮ ਤਾਂ ਪਹਿਲਾਂ ਕਦੇ ਦੇਖਿਆ ਨਹੀਂ ਜੀ, ਵੈਸੇ ਜੀ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਜੀ, ਕਿਹੋ ਜਿਹਾ ਮੌਸਮ ਹੋਇਆ, ਬਾਰਦਾਨਾ ਹੋਇਆ, ਭਰਿਆ ਪਿਆ, ਢੇਰੀ ਵੈਸੇ ਕੋਈ ਵੀ ਨਹੀਂ, ਇਹ ਤਾਂ ਨੁਕਸਾਨ ਹੈ, ਮੇਰੇ ਦਾ ਵੀ ਨੁਕਸਾਨ ਹੋਇਆ, ਨਾ ਹੀ ਗੱਡੀ ਭਰ ਸਕਦੇ, ਗੱਡੀਆਂ 'ਚ ਪਹਿਲਾਂ ਹੀ ਗੱਡੀਆਂ ਨੂੰ ਨੁਕਸਾਨ ਪਹਿਲੇ ਸਰਕਾਰਾਂ ਨੇ ਤੋੜ ਰੱਖੀਆਂ ਨੇ, ਸਾਡੇ ਜੁਨੀਅਰ ਨੇ ਵੀ ਤੋੜ ਰੱਖੀਆਂ ਨੇ, ਇਸ ਕਰਕੇ ਇਹ ਹੈ ਵੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ। ਕਿੰਨੇ ਦਿਨ ਗੱਡੀਆਂ ਬੰਦ ਰਹਿਣਗੀਆਂ ਤੁਹਾਡੇ? ਇਹ ਤਾਂ ਕਮ ਸੇ ਕਮ 2-3 ਦਿਨ ਤਾਂ ਲੱਗਣਗੇ ਜੀ, ਭਰ ਭਰ ਗਿਆ ਜੀ ਪੂਰਾ, ਸੜਕ ਖਰਾਬ ਹੋ ਗਈ ਜੀ, ਭਰ ਵੀ ਨਹੀਂ ਸਕਦੇ।